ਹੈਲੋ ਦੋਸਤੋ, ਹਾਜ਼ਰ ਹੋ ਚੁੱਕੀ ਹੈ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਤੁਹਾਡੇ ਆਪਣੇ ਚੈਨਲ ਯੇਸ ਟੀਵੀ ਤੇ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ, ਸਾਡਾ ਜਿਹੜਾ ਜੀਵਨ ਹੁੰਦਾ ਹੈ ਨਾ, ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦਾ ਵੀ, ਜਿਸ ਸਾਂਚੇ ਦੇ ਵਿੱਚ ਆਪਾਂ ਨੂੰ ਢਾਲਾਂਗੇ ਉਵੇਂ ਹੀ ਢਲ ਜਾਂਦਾ ਵੇ। ਇਸ ਲਈ ਸਾਨੂੰ ਆਪਣੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਵੇ। ਜਦੋਂ ਬੱਚੇ ਛੋਟੇ ਹੁੰਦੇ ਨੇ, ਜੇਕਰ ਆਪਾਂ ਉਹਨਾਂ ਦਾ ਧਿਆਨ ਰੱਖਾਂਗੇ ਤਾਂ ਉਹ ਵੱਡੇ ਹੋਣ ਤੇ ਵਧੀਆ ਰਹਿਣਗੇ। ਜਿਵੇਂ ਤੁਸੀਂ ਸੁਣਿਆ ਹੁੰਦਾ ਵੇ, ਜਿਹੜਾ ਪੇੜ ਹੁੰਦਾ ਵੇ ਨਾ, ਉਹਦੀ ਜੋ ਟਹਿਣੀ ਹੁੰਦੀ ਹੈ ਆਪਾਂ ਨੂੰ ਜਿੱਧਰ ਮਰਜ਼ੀ ਮੋੜ ਲਈ ਉਹ ਮੁੜ ਜਾਂਦੀ ਹੈ, ਲੇਕਿਨ ਜਦੋਂ ਦਰਖਤ ਬਣ ਜਾਂਦਾ ਉਹਦੀ ਟਹਿਣੀਆਂ ਮੋਟੀਆਂ ਹੋ ਜਾਂਦੀਆਂ ਨੇ ਤਾਂ ਆਪਾਂ ਨੂੰ ਨਹੀਂ ਮੋੜ ਸਕਦੇ। ਇਵੇਂ ਹੀ ਬੱਚੇ ਹੁੰਦੇ ਨੇ, ਜਦੋਂ ਛੋਟੇ ਹੁੰਦੇ ਨੇ ਆਪਾਂ ਨੂੰ ਉਹਨਾਂ ਨੂੰ ਜਿਸ ਵੱਲ ਲਾਵਾਂਗੇ ਨਾ, ਉਹ ਉਸ ਵੇਲੇ ਹੀ ਲੱਗ ਜਾਣਗੇ। ਜੋ ਆਪਾਂ ਕੰਮ ਕਰਾਂਗੇ ਕਹਾਂਗੇ ਉਹੀ ਉਹ ਕਰਨਗੇ। ਜੋ ਸੀਖ ਆਪਾਂ ਦੇਵਾਂਗੇ ਉਹ ਆਪਣੇ ਲਾਸਟ ਟਾਈਮ ਤੱਕ ਯਾਦ ਰੱਖਣਗੇ। ਇਸ ਲਈ ਸਾਨੂੰ ਬੱਚਿਆਂ ਨੂੰ ਹਮੇਸ਼ਾ ਨਾ ਉਹਨਾਂ ਦੇ ਨਾਲ ਰਹਿਣਾ, ਚੰਗੀ ਸੀਖ ਦੇਣੀ ਹੈ ਵੱਡੇ ਹੋਣ ਤੱਕ ਜਿਨ੍ਹਾਂ ਦੇ ਨਾਲ ਉਹ ਰਹਿਣ। ਇਸੇ ਦੇ ਨਾਲ ਦੋਸਤੋ, ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਾਂਗੀ ਕਿ ਆਪਣੇ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਸਾਨੂੰ ਟਾਈਮ ਸਪੈਂਡ ਕਰਨਾ ਹੈ। ਛੋਟੇ ਹੁੰਦੇ ਜੇਕਰ ਆਪਾਂ ਉਹਨਾਂ ਦੇ ਨਾਲ ਟਾਈਮ ਸਪੈਂਡ ਕਰ ਲਿਆ ਤਾਂ ਬਹੁਤ ਹੀ ਵਧੀਆ ਹੈਗਾ ਵੇ, ਉਹ ਐਂਡ ਤੱਕ ਯਾਦ ਰੱਖਦੇ ਨੇ। ਉਹ ਜਿਹੜੀ ਸੀਖ ਆਪਾਂ ਦਿੰਦੇ ਹਾਂ ਉਹ ਬਹੁਤ ਹੀ ਜ਼ਰੂਰੀ ਹੈ। ਕੀ ਕਹਿਣਾ ਤੁਹਾਡਾ ਇਸ ਬਾਰੇ, ਜ਼ਰੂਰ ਸਾਂਝਾ ਕਰੋ ਜੀ, ਕਮੈਂਟ ਕਰਕੇ ਦੱਸੋ। ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਤਾਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।